ਅਸੀਂ ਉਹ ਸਾਰੇ ਕੰਮ ਕਰਨੇ ਜਿਹਦੇ ਤੋਂ ਅੱਲਾ ਨੇ ਮਨਾ ਕੀਤਾ ਤੇ ਅਸੀਂ ਫਿਰ ਵੀ ਕਹਿੰਦਾ ਮੁਸਲਮਾਨ ਉਹ ਇਮਾਨ ਵਾਲੇ ਆ। ਉਹ ਭਾਈ ਇਮਾਨ ਵਾਲੇ ਲੋਕ ਤੇ ਅੱਲਾ ਤੋਂ ਡਰਦੇ ਹੋਏ ਜ਼ਿੰਦਗੀ ਗੁਜ਼ਾਰਦੇ ਨੇ, ਤੁਸੀਂ ਤੇ ਬਦਮਾਸ਼ ਲੋਕ। ਅਸੀਂ ਅਸੀਂ ਧਮਕੀਆਂ ਲਾਣੀਆਂ, ਮਾਰਨ ਮਾਰ ਕੁਟਾਈ ਤੇ ਕੰਮ ਕਰਨ ਨੂੰ ਤਿਆਰ ਹੋ ਜਾਣਾ। ਇਹ ਚੀਮਾ ਸਾਹਿਬ ਮੇਰੀ ਗੱਲ ਸੁਣੋ, ਅਸੀਂ ਬਦਮਾਸ਼ਾਂ ਦੇ ਉਹ ਜਿਹੜੇ ਕਿਸੇ ਨੇ ਆਖਿਆ ਸੀ ਆਪਣੇ ਬੱਚਿਆਂ ਨੂੰ ਕਹਿੰਦਾ ਕਿਉਂ ਨਹੀਂ ਭੇਜਦਾ ਸਕੂਲੇ, ਆਂਦਾ ਅਸੀਂ ਇਸ ਤਰ੍ਹਾਂ ਕਹਿੰਦਾ ਉਸ ਤਰ੍ਹਾਂ ਦੇ ਬੰਦੇ ਲੜਾਈਆਂ ਚੜ੍ਹਾਈਆਂ ਵਾ ਕਰਨ ਵਾਲੇ, ਤਾਂ ਅਗਰ ਇਹਨਾਂ ਨੇ ਸਕੂਲੇ ਭੇਜਿਆ ਇਹਨਾਂ ਨੂੰ ਕਾਨੂੰਨਾਂ ਦਾ ਪਤਾ ਚੱਲ ਜਾਣਾ ਤੇ ਇਹਨਾਂ ਨੂੰ ਆਖੇ ਇਹਦੇ ਕਿਤੇ ਲੜਨਾ ਪਿਆ ਤਾਂ ਲੜਨਾ ਕੋ ਨਹੀਂ। ਤੇ ਤੁਸੀਂ ਵੀ ਕਹਿੰਦਾ ਪੜ੍ਹੇ ਲਿਖੇ ਵੀ ਕਹਿੰਦਾ ਉਸ ਤਰ੍ਹਾਂ ਦੇ ਹੋ ਕਿ ਤੁਸਾਂ ਬਸ ਪੜ੍ਹ ਕੇ ਵੀ ਕਹਿੰਦਾ ਕਾਨੂੰਨਾਂ ਦਾ ਨਹੀਂ ਪਤਾ ਚੱਲਿਆ, ਅੱਲਾ ਦੇ ਕਾਨੂੰਨ ਕੀ ਨੇ, ਦੁਨੀਆਂ ਦੇ ਕਾਨੂੰਨ ਕੀ ਨੇ, ਤੁਸੀਂ ਲੜਨ ਨੂੰ ਤਿਆਰ ਹੋ ਜਾਂਦੇ ਹੋ। ਕੋਈ ਆਂਦਾ ਤਸਵੀਰ ਭੇਜ, ਕੋਈ ਆਂਦਾ ਕਹਿੰਦਾ ਇੱਕ ਵਾਰੀ ਫੇਟੋ ਖਾ, ਕੋਈ ਆਂਦਾ ਅੱਗ 'ਚ ਛਾਲ ਮਾਰ, ਕੋਈ ਆਖੇ ਮੈਂ ਤੈਨੂੰ ਦੱਸ ਪਤਾ ਦੱਸ। ਉਹ ਯਾਰ ਪਤਾ ਤਾਂ ਤੁਹਾਨੂੰ ਰੱਬ ਅੱਲਾ ਦਾ ਪਤਾ ਨਹੀਂ ਚੱਲਿਆ, ਅੱਲਾ ਦੇ ਦਰ ਤੇ ਜਾਓ ਜਾ ਕੇ ਅੱਲਾ ਨੂੰ ਪੁੱਛੋ। ਤੁਹਾਨੂੰ ਤੁਸੀਂ ਕਹਿੰਦਾ ਇਹਦਾ ਮਤਲਬ ਖੁਦ ਖੁਦਾ ਦਾ ਕੰਮ ਆਪਣੇ ਹੱਥ ਲੈਣਾ ਚਾਹੁੰਦੇ ਹੋ। ਵੈਸੇ ਚੀਮਾ ਸਾਹਿਬ ਕਿਤੇ ਡਾਕਟਰ ਕੋਲ ਜਾਂਦੇ ਰਹਿੰਦੇ ਹੋ, ਮਤਲਬ ਜਨਰਲ ਮੈਡੀਕਲ ਦੀ ਕਤਲ ਕਰਕੇ ਆਂਦੇ ਹੋ। ਅੱਲਾ ਨੇ ਆਖਿਆ ਆਪਣੇ ਮੈਂ ਮੌਤ ਦੇ ਜ਼ਿੰਦਗੀ ਮੌਤ ਮੇਰੇ ਅਖਤਿਆਰ 'ਚ, ਅੱਲਾ ਕੌਣ ਹੁੰਦਾ ਮੌਤ ਅਖਤਿਆਰ ਰੱਖਣ ਵਾਲਾ, ਅਸੀਂ ਅਖਤਿਆਰ ਰੱਖਣੀ ਆ, ਅਸੀਂ ਮਾਰਾਂਗੇ। ਅਸੀਂ ਤੁਹਾਡੀ ਰਿਕਾਰਡਿੰਗਾਂ ਕਰ ਕਰਕੇ ਆਪਣੇ ਕੋਲ ਸੇਵ ਨੀ ਆ ਕਹਿ ਸਕੋ ਤਮਾਸ਼ੇ ਸਾਡੇ ਲਈ ਤੇ ਤੁਸੀਂ ਨਾਮ ਉਹਨਾਂ ਵਾਸਤੇ ਤੁਸੀਂ ਮੁਸੀਬਤ ਬਣੇ ਹੋ, ਕਿਉਂਕਿ ਉਹਨਾਂ ਦਾ ਅਕੀਦਾ ਹੈ ਕਿ ਹੁਣ ਜੇ ਨਬੀ ਆਵੇਗਾ ਤੇ ਅਹਿਮੀਅਤ ਵਿੱਚ ਹੀ ਆਵੇਗਾ ਤੇ ਤੁਸੀਂ ਆ ਗਏ, ਉਹ ਮੰਨਦੇ ਕੋਈ ਨਹੀਂ। ਜੇ ਤੁਸੀਂ ਉਹਨਾਂ ਵਾਸਤੇ ਥ੍ਰੈਟ ਹੋ, ਸਾਡੇ ਵਾਸਤੇ ਕੋਈ ਵੀ ਨਹੀਂ, ਸਾਡੇ ਵਾਸਤੇ ਤੁਸੀਂ ਸ਼ੁਕਰ ਮਿਲਾ ਦੇ। ਉਹ ਸ਼੍ਰੀ ਅਬਦੁੱਲਾ ਉਹ ਖਲੀਫਾ ਸਾਹਿਬ ਦੀ ਵੀਡੀਓ ਪਈ ਹੈ, ਇਨਸਾਨ ਹੈ ਜਿੰਨਾ ਕੋ ਸਮਝਦਾ ਹੈ ਉਹਨਾਂ ਕੋ ਬਿਆਨ ਕਰ ਸਕਦਾ ਹੈ ਜਿਹੜਾ ਵੀ ਬੰਦਾ ਕਹਿੰਦਾ ਹੈ। ਮੈਂ ਤਾਂ ਕੋਈ ਨਹੀਂ ਨਾ ਕੋਈ ਇਨਾ ਦੀਨ ਦਾ ਇਲਾ ਕੋਈ ਨਹੀਂ ਮੈਂ ਪੜਿਆ, ਪਰ ਅੱਲਾ ਉਹਨੂੰ ਸਮਝਾਉਂਦਾ ਹੈ ਗੱਲਾਂ, ਤੇ ਮੈਂ ਅੱਲਾ ਦੀ ਗੱਲ ਨੂੰ ਮੰਨਣਾ ਕਿ ਲੋਕਾਂ ਦੀ ਨੂੰ ਮੰਨਣਾ। ਉਹ ਪਾਜੀ ਸਾਡੇ ਲਈ ਤੁਸੀਂ ਸ਼ੁਗਲ ਦਾ ਤਮਾਸ਼ਾ ਹੋ, ਮੈਂ ਚਾਹੁੰਦਾ ਹਾਂ ਅਬਦੁੱਲਾ ਸਾਹਿਬ ਬਿਲਕੁਲ ਠੀਕ ਹੈ, ਤੁਹਾਡਾ ਤਮਾਸ਼ਾ ਵੀ ਡਰਦਾ ਵੀ ਹੈ ਜਾਂ ਲੜਦਾ ਵੀ ਇਹਨਾਂ ਨਾਲ ਤੇ ਉਹ ਅਧਿਆਤੀ ਕਰਦਾ ਹੈ। ਮੈਂ ਤਾਂ ਸਮਝਣਾ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਫਰਮਾਇਆ ਕਿ ਸੱਚੇ ਖਾਬ ਕਸ਼ੂਫ ਇਹ ਜਿਹੜੇ ਨੇ ਮੌਲਵੀ ਸਾਹਿਬ ਇਮਾਨ ਲਿਆਓ ਇਹਨਾਂ ਤੇ, ਕਿਸੇ ਵੀ ਬੰਦੇ ਤੇ ਬੰਦੇ ਦਾ ਇਨਕਾਰ ਨਹੀਂ ਕਰਦਾ, ਮੈਂ ਤੇ ਆਈ ਮੰਨਣੇ ਵਾਲਿਆਂ ਵਿੱਚ ਸ਼ਾਮਲ ਹਾਂ। ਮੈਂ ਤੇ ਜੋ ਵੀ ਆਖੇਗਾ ਐਸੀ ਗੱਲ ਕਰੇਗਾ, ਇਹ ਕਿਸ ਤਰ੍ਹਾਂ ਡਿਮਾਂਡ ਕਰੋਗੇ ਕਿ ਇਸ ਇੱਕ ਤਰਫ ਖਲੀਫਾ ਦੀ ਬੈਤ ਵਿੱਚ ਤੇ ਇੱਕ ਤਰਫ ਨਬੀ ਦੀ ਬੈਤ ਵਿੱਚ? ਨਹੀਂ ਬੈਤ ਤੇ ਇੱਥੇ ਬੈਤ ਆ ਉਹ ਟੱਕਰੀ ਕੋਈ ਨਾ, ਉਹ ਇੱਕ ਆਪਣੇ ਗੱਲ ਕਰ ਰਹੇ ਨੇ ਕਿ ਅੱਲਾ ਤਾਲਾ ਨੇ ਮੇਰੀ ਗੱਲ ਦੇ ਸੁਣੀ, ਬੈਤ ਨਹੀਂ ਕਰਨੀ। ਉਹ ਬੈਤ ਵਾਲੇ ਤੂੰ ਨਾ ਆਖੀ ਨਹੀਂ ਕਿ ਮੇਰੀ ਬੈਤ ਕਰੋ, ਕਦੋਂ ਨਾ ਚੀਮਾ ਸਾਹਿਬ ਨੇ ਆਖਿਆ ਮੇਰੀ ਬੈਤ ਕਰੋ? ਮੁਖਤਸਰ ਅੰਦਾਜ਼ ਵਿੱਚ ਇੱਕ ਮਿੰਟ ਮੈਂ ਰਿਕਾਰਡਿੰਗ ਆਨ ਕਰ ਲਵਾਂ, ਤੁਸੀਂ ਚੀਮਾ ਸਾਹਿਬ ਤੇ ਇਮਾਨ ਲੈ ਕੇ ਆਉਂਦੇ ਹੋ? ਇਹਦੇ 'ਚ ਇਮਾਨ ਵਾਲੇ ਤਾਂ ਚੱਕਰ ਹੀ ਨਹੀਂ, ਅਸੀਂ ਤਾਂ ਆਉਂਦੇ ਹਾਂ ਕਿ ਜੋ ਉਹਨਾਂ 'ਚ ਆਪਣੇ ਆਪ ਨੂੰ ਮਨਸੂਬ ਕੀਤਾ ਹੈ, ਸਾਡੇ ਕੋਈ ਵਜ੍ਹਾ ਨਹੀਂ ਕਿ ਅਸੀਂ ਉਹਨਾਂ ਨਾਲ ਬਹਿਸ ਕਰੀਏ। ਉਹ ਨਬੀ ਨੇ ਖੁਦਾ ਦਾ ਮਾਮਲਾ, ਨਬੀ ਦਾ ਇਨਕਾਰ ਕੁਫਰ ਹੈ, ਕਿਆ ਤੁਸੀਂ ਉਹਨਾਂ ਤੇ ਇਮਾਨ ਲੈ ਕੇ ਆਉਂਦੇ ਹੋ? ਉਹ ਬਾਈ ਉਹ ਨਹੀਂ ਆਉਂਦੇ ਪਏ ਮੈਂ ਨਬੀ ਹਾਂ, ਉਹਨਾਂ ਕਿ ਕਹਿੰਦੇ ਨੇ ਅੱਲਾ ਨੇ ਕਲਾਮ ਕੀਤਾ ਨਬੂਵਤ ਦਾ ਇਨਾਮ ਦਿੱਤਾ ਵੇ। ਉਹ ਬਾਈ ਜਾਨ ਉਹ ਕਹਿ ਰਹੇ ਮੈਂ ਨਬੀ ਹਾਂ, ਮੈਨੂੰ ਚਾਰੋਂ ਇਨਾਮ ਮਿਲ ਗਏ ਨੇ, ਉਹ ਤਾਂ ਕਹਿੰਦੇ ਮੈਂ ਸ਼ਹੀਦ ਵੀ ਹਾਂ, ਸਾਲੇ ਵੀ ਹਾਂ ਤੇ ਸਦੀਕ ਵੀ ਹਾਂ। ਹਾਂ, ਲੇਕਿਨ ਅੱਲਾ ਤਾਲਾ ਕਿਸੇ ਨਾਲ ਅਗਰ ਸੱਚੇ ਖਾਬ ਆਉਂਦਾ ਉਹਦੇ ਨਾਲ ਕਲਾਮ ਕਰਦਾ ਤੇ ਉਹ ਨਬੂਵਤ ਹੀ ਉਹਨੂੰ ਆਖੋਗੇ, ਉਹਨੂੰ ਹੋਰ ਕੀ ਆਖੋਗੇ, ਹੋਰ ਕੋਈ ਲਫ਼ਜ਼ ਹੈ ਤੂੰ ਦੱਸੋ ਗੈਬ ਦੀ ਖ਼ਬਰ ਦੇਣੀ? ਹਾਂ, ਤੇ ਤੁਸੀਂ ਇਹਨਾਂ ਤੇ ਇਮਾਨ ਲੈ ਕੇ ਆਉਂਦੇ ਹੋ? ਉਹ ਬਾਈ ਮੇਰੇ ਇਮਾਨ ਲਿਆਉਣੇ ਜਾਂ ਨਾ ਲਿਆਉਣੇ ਦਾ ਚੱਕਰ ਨਹੀਂ, ਮੈਂ ਜਿਹੜੀ ਗੱਲ ਕਰਦਾ ਉਧਰ ਨਹੀਂ ਜੇ ਤੁਸੀਂ ਫਸੇ ਹੁੰਦੇ, ਪਤਾ ਨਹੀਂ ਦਿਮਾਗ ਵਿੱਚ ਕਿਉਂ ਨਹੀਂ ਗੱਲ ਪੈਂਦੀ ਪਈ ਮੈਂ ਨਾ ਕਿ ਜਿਹੜੀ ਚੀਜ਼ ਕਿ ਕੋਈ ਬੰਦਾ ਆ ਕੇ ਬਿਆਨ ਕਰਦਾ ਔਰ ਆਪਣੇ ਮਨਸੂਬ ਅੱਲਾ ਤਾਲਾ ਨਾਲ ਕਰਦਾ। ਮੌਲਵੀ ਸਾਹਿਬ ਜਿਹੜੀ ਗੱਲ ਸਾਹਿਬ ਪੁੱਛ ਰਹੇ ਨੇ, ਜੀ ਜੀ, ਤੁਸੀਂ ਹੁਣੇ ਪੁੱਛਿਆ ਕਿ ਨਬੂਵਤ ਇਨਾਮ ਹੈ, ਜੀ ਜੀ, ਇਹ ਇਨਾਮ ਚੀਮਾ ਸਾਹਿਬ ਨੂੰ ਮਿਲ ਗਿਆ ਜਾਂ ਨਹੀਂ ਮਿਲਿਆ, ਕੀ ਕਹਿੰਦੇ ਨੂੰ? ਇਹ ਬਿਲਕੁਲ ਉਹਨਾਂ ਨੂੰ ਆਉਂਦੇ ਨੇ ਮਿਲਿਆ ਮੈਨੂੰ ਨਾ, ਜੇ ਅੱਲਾ ਤਾਲਾ ਨੇ ਮੇਰੇ ਨਾਲ ਕਲਾਮ ਕੀਤਾ ਵੇ। ਉਹਨਾਂ ਨੂੰ ਇਹ ਇਨਾਮ ਮਿਲਿਆ ਜਾਂ ਨਹੀਂ ਮਿਲਿਆ? ਮਿਲਿਆ, ਮੈਂ ਕਹਿ ਰਿਹਾ ਬਾਰ ਬਾਰ ਮਿਲ ਗਿਆ, ਮੈਨੂੰ ਮਿਲ ਗਿਆ। ਠੀਕ ਹੋ ਗਿਆ। ਅਸਾਨੀ ਸਾਹਿਬ, ਜੀ ਜੀ, ਚੀਮਾ ਸਾਹਿਬ, ਇਹ ਜੋ ਫਲੋਰੀਡਾ ਤੋਂ ਕਿੰਨੀ ਦੂਰ ਹੋ? ਫਿਲਹਾਲ ਵਗੈਰਾ ਹੈ ਫਲੋਰੀਡਾ ਤੋਂ ਤੁਸੀਂ ਕਿੰਨੀ ਦੂਰ ਹੋ? ਫਲੋਰੀਡਾ ਤੋਂ ਬਹੁਤ ਖੂਬ ਅਸਾਨੀ ਸਾਹਿਬ, ਤੁਸੀਂ ਮਨਾ ਲਿਆ ਨਰਮ ਅਲਫਾਜ਼ਾਂ ਵਿੱਚ ਮੌਲਵੀ ਸਾਹਿਬ। ਮੈਂ ਕੀ ਮੰਨਿਆ ਵਾ? ਅੱਛਾ ਚੀਮਾ ਸਾਹਿਬ, ਇਹ ਜੋ ਇਲਹਾਮ ਹੈ ਇਹ ਤੋ
मुल्हिम कहते हैं ना जो लाम पाता है, हाँ जी, तो नबी और मुल्हिम में क्या फर्क है चीमा साहब? मुझे नहीं अभी पता, बस मुझे भी देखे 2020 से अल्लाह ताला ने ये बात मुझे बताई हुई है, मैं मुझे ने भी नहीं समझ आई थी, और ना ही मैं पहले ये हसैनी साहब को पता है, काफी अरसे से इनसे बात हो रही है, तो पहले हसैनी साहब कहते थे कि कोई नबी बनाए तो दिखाएं, तो उस वक्त मुझे भी नहीं पता था कि यह नाम मुझे मिला है, मगर बाद में फिर अल्लाह ताला ने जब दूसरे भी बातें बताई और ये चीज और भी बातें बताई तो फिर समझ आई तो साथ था कि वाकई ये जो अनाम है मुझे मिल चुके हैं, मुझे शऊर नहीं था। तो उसके इस हिसाब से जब हम देखें मुल्हम का क्या है, उसकी तरीफ मतलब क्या है, उसको देखना पड़ेगा। नबी का मतलब होता है गैब से खबर पाने वाला, अरबी में जो भी कहना इंसान के बात करेगा और किसी के जिसको अल्लाह ताला ख्वाबें सच्ची दिखाता है, गैब की खबरें देता है अरबी में, उसको वो जब बात करेंगे उसको नबी का लफ्जी वहाँ इस्तेमाल करेंगे। तो इस हिसाब से नबी एक नबी होता है जिसको अल्लाह ताला महबूस करता है, वो नबी का मकाम जो बुलंद है और है। तो ये हमारी मेरी तरह के नबी आप बन सकते हो, हाँ ये है कि अगर अल्लाह ताला को पता है इंसान आहिस्ता आहिस्ता मजीद तरक्की करता है, अगर मेरे जरिए अल्लाह ताला ने कोई और काम लेना है और मेरे पे जिम्मेदारी डालनी है तो मैं कौन होता है इनकार करने वाला, वो भी अल्लाह ताला बता देगा तो फिर मैं भी ऐलान कर दूंगा। देखा जी हसैनी साहब सुन लीजिए गल हूँ चीमा साहब की, ਕਿਉਂ ਆਂਦੇ ਨੇ ਮੈਨੂੰ ਮਬੂਸ ਨਹੀਂ ਕੀਤਾ ਗਿਆ, ਮੇਰੇ ਨਸਰ ਅੱਲਾਹ ਤਾਲਾ ਦੇ ਕਲਾਮ ਮਨਨ ਨਬੀ ਨਾ ਵਸਦੀਕੀ ਨਾ ਵਸ਼ਵਾਦਾ ਦੇ ਜਿਹੜੇ ਨਾਮ ਨੇ, ਹਾਂਜੀ ਲੁਗਤ ਦੇ ਮੈਨੇ ਤੇ ਬਹੁਤ ਦਾ ਇਨਾਮ ਇਹਨਾਂ ਨੂੰ ਨਹੀਂ ਮਿਲਿਆ, ਉਹਨੇ ਨਹੀਂ ਉਹ ਮਿਲਿਆ ਵੇ ਜਾਂ ਮਿਲਿਆ ਹੈ ਉਹ ਲੁਗਤ ਦੇ ਮੈਨੇ ਵਿੱਚ ਕੋਈ ਗੱਲ ਆ ਗਈ ਅੱਲਾਹ ਤਾਲਾ ਨੇ ਮਬੂਸ ਨਹੀਂ ਕੀਤਾ, ਪਤਾ ਨਹੀਂ ਨਹੀਂ ਮਿਲਿਆ, ਉਹਨਾਂ ਤੇ ਕੋਈ ਜ਼ਿੰਮੇਵਾਰੀ ਨਹੀਂ ਪਾਈ ਕਿਸੇ ਜਗ੍ਹਾ ਖਲੋਵੋ ਤੇ ਸਹੀ ਨਹੀਂ ਤੇ ਨਾ ਸਰ ਸਾਹਿਬ ਹੁਣ ਤੁਸੀਂ ਅਸੀਂ ਤੇ ਖਲੋਤੇ ਆ ਜੋ ਉਹਨਾਂ ਜੋ ਦੱਸਿਆ ਉਹ ਇਹ ਗੱਲ ਕਰ ਲਿਆ ਵੀ ਜਾਂ ਉਹਨਾਂ ਨੂੰ ਇਨਾਮ ਮਿਲਿਆ ਜਾਂ ਨਹੀਂ ਮਿਲਿਆ ਤਹਿਰੀਰ ਵੀ ਭੇਜੀ ਹੁਣ ਮੈਂ ਖੁਦ ਦੱਸਣ ਡਿਆ ਅਲਹਮਦੁਲਿਲਾ ਮੈਨੂੰ ਇਹ ਨਾਮ ਮਿਲ ਚੁੱਕਿਆ ਤੇ ਤੁਸੀਂ ਫਿਰ ਵੀ ਨਹੀਂ ਮੰਨੇ ਤੇ ਤੁਸੀਂ ਤੇ ਆਪਣੀ ਗੱਲ ਤੋਂ ਫਿਰ ਗਏ ਲੋ ਮੌਲਵੀ ਸਾਹਿਬ ਕੋਈ ਵੀ ਨਯਾ ਨਬੀ ਆ ਸਕਦਾ ਹੈ ਬਸ਼ਰਤੇ ਵੋ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕੀ ਉਮਤ ਮੇ ਸੇ ਹੋ ਕਿਉਂਕਿ ਨਈ ਸ਼ਰੀਅਤ ਲੈ ਕੇ ਨਾ ਆਏ ਤੋ ਕਿਆ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਤੁ ਵਸਲਾਮ ਨੇ ਕਿਸੀ ਨਏ ਨਬੀ ਕੇ ਆਨੇ ਕੀ ਪੇਸ਼ਗੋਈ ਫਰਮਾਈ ਥੀ तो क्या वो नबी जो है जमात अहमदियत में से होंगे या किसी भी नहीं पेशगोई नहीं है वो कहाँ से होगा वो सिर्फ एक नबी की पेशगोई है रसूल सल्लल्लाहु अलैहि वसल्लम ने फरमाई है उसके अलावा किसी नबी की पेशगोई हमें नहीं मिलती जी। खलीफा साहब ठीक तो खलीफा साहब ठीक है मसीह अलैहिस्सलाम नु अल्लाह ताला ने नई ये चीज समझाई कि अगाम ही नबी होंगे उन्होंने मतलब जो जिम्मेदारी पाई उन्होंने अदा कर दी अगो अल्लाह ताला मजीद सुन लोगों को समझाने वास्ते मेरे जो किताब के विचों हिकमत दी गल्लां मैनू दसण डिया आवे तो मैं बयान कर रहा मैं भी अहमदी हाँ और हज़रत मसीह अलैहिस्सलाम की तलीम नूं मानना वा तो मैं भी उन्होंने गल की तईद कर डिया वा मैनू अल्लाह ने गल समझाई है जिहड़ी चीज़ अल्लाह ताला वक्त दे हिसाब नाल खोल दावे असीं कौन हुंदे अल्लाह दीआं गल्लां दे उत्ते इतराज़ करन वाले भाई हुसैनी साहब इतराज़ हुसैनी साहब काफर बन गया दुनिया दी ऐ दुनिया दी वाहिद उम्मत जे ਜਿਨ੍ਹਾਂ ਨੂੰ ਆਪਣੇ ਨਬੀ ਤੋਂ ਜ਼ਿਆਦਾ ਪਤਾ ਹੈ ਮੇਰੇ ਸਵਾਲ ਦਾ ਜਵਾਬ ਦਿਓ ਅਲੀ ਅਕ ਸਾਹਿਬ ਇਹ ਤੁਸੀਂ ਹੈਗੇ ਹੋ ਜਿਨ੍ਹਾਂ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਨੂਰ ਕਿਹਾ ਤੁਸੀਂ ਨੂਰ ਕਹਿੰਦੇ ਹੋ ਤੁਸੀਂ ਕੋਈ ਗੁਲਾਮ ਨਹੀਂ ਨਾਫਰਮਾਨ ਹੋ ਰੱਜ ਕੇ
ਉਹਨਾਂ ਨੇ ਆਖਿਆ ਝੂਠ ਮਤ ਬੋਲੋ ਤੁਸੀਂ ਉਹਨਾਂ ਝੂਠ ਬੋਲਦੇ ਰੱਜ ਕੇ ਗਾਲੀ ਕਰੋ ਜਿਹੜੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਹੈਗੇ ਨਾ ਉਹ ਅਸੀਂ ਹੈਗੇ ਆ ਕਿਉਂਕਿ ਸਿਰਫ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਮੁਸਲਮਾਨ ਦੇ ਨਾਮ ਵਾਸਤੇ ਕੁਰਬਾਨੀ ਦੇ ਰਹੇ ਇੱਕ ਵਾਰੀ ਫੇਰ ਯਾਰ ਇੱਕ ਵਾਰੀ ਫੇਰ ਹਾਜ਼ਰ ਨਾਜ਼ਰ ਨੇ ਤੁਸੀਂ ਬਣਾਇਆ ਮਨਾ ਕੀਤਾ ਸੀ ਸਿਖਰ ਸਾਹਿਬ ਉਹ ਬਹਿਸ ਹੀ ਨੀ ਜਿੱਧਰ ਤੁਸੀਂ ਮੋੜ ਦਿਓ ਪੇ ਇਹ ਹੋਰ ਇਮਾਮ ਮਹਦੀ ਅਲੈਹਿ ਸਲਾਮ ਦਾ ਸਾਹਿਬ ਕੋਈ ਜਵਾਬ ਕੋਈ ਨਹੀਂ ਨਾ ਤੇ ਉਹ ਹੈ ਨਹੀਂ ਤਾਂ ਉਹ ਨਾਲੇ ਕੱਦਾ ਪਰਦਾ ਮੂੰਹ ਚੁੱਕੇ ਆਪੇ ਉਹੀ ਹਰਕਤਾਂ ਕਰ ਰਿਹਾ ਨਹੀਂ ਨਹੀਂ ਉਹ ਖੇਲ ਤਮਾਸ਼ਾ ਸਮਝਦੇ ਨੇ ਹਾਲਾਂਕਿ ਇੱਕ ਬੰਦੇ ਨੇ ਆਪੀ ਜਿਹੜਾ ਹਾਲਤ ਉਹਨਾਂ ਦੀ ਉਹੋ ਜਿਹੀ ਹੈਗੀ ਹੈ ਇਹੋ ਜਿਹੇ ਇਹਨਾਂ ਨੇ ਦਾਅਵੇ ਕਰ ਦਿੱਤੇ ਨੇ ਜੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜਾ ਦਾਅਵਾ ਹੀ ਨਹੀਂ ਕੀਤਾ ਤੇ ਗੱਲਾਂ ਸਾਨੂੰ ਕਰ ਰਹੇ ਨਹੀਂ ਬਾਤ ਚੀਜ਼ਾਂ ਨੂੰ ਹੁਣ ਅਲੀ ਆ ਕੇ ਇੱਕ ਵਾਰੀ ਆਖ ਨਹੀਂ ਦਵਾ ਬਸ ਹਸੀ ਨਹੀਂ ਰੁਕਦੀ ਯਕੀਨ ਕਰੋ ਮੇਰੀ ਉਮਤ ਜਦੋਂ ਉਹਦੀ ਹਾਲਤ ਹੋਵੇ ਜੀ ਨਾ ਉਹ ਫਿਰ ਆਪਣੇ ਨਬੀ ਦੀ ਗੱਲ ਨਹੀਂ ਮੰਨਣਗੇ ਉਹ ਫਿਰ ਬਨੀ ਇਸਰਾਇਲ ਦੇ ਨਾਲ ਉਹਨਾਂ ਨੂੰ ਤਸ਼ਬੀਹ ਦਿੱਤੀ ਗਈ ਹੈ ਕਿ ਉਹ ਆਪਣੇ ਅਸਲ ਇਸਲਾਮ ਤੋਂ ਹਟ ਜਾਣਗੇ ਤੁਮਾਰੇ ਸਾਹਮਣੇ ਬੈਠ ਕੇ ਤੁਹਾਰੇ ਅੰਦਰ ਇਤਨਾ ਇਮਾਨ ਸਲਬ ਕਰ ਲਿਆ ਗਿਆ ਤੁਹਾਰੇ ਸਾਹਮਣੇ ਬੈਠ ਕਰ ਚੀਮਾ ਸਾਹਿਬ ਨੇ ਮਿਰਜ਼ਾ ਸਾਹਿਬ ਕੀ ਗੁਸਤਾਖੀ ਕੀ ਹੈ ਯਾਰ ਕਿਉਂ ਆਪ ਇਨਸਟੀਗੇਟ ਕਰ ਰਹੇ ਇੱਕ ਮਿੰਟ ਅਬਦੁੱਲਾ ਭਾਈ ਮੌਲੀ ਸਾਹਿਬ ਅਸਲਾਮ ਨਹੀਂ ਉਹ ਹਮਾਰੇ ਪਿੱਛੇ ਪੜ ਗਏ ਨਾ ਜਬ ਕੇ ਅਪਨੀ ਤਰਫ ਸੇ ਐਡ ਨਾ ਕਰੇਂ ਅੱਲਾਹ ਕੀ ਬਾਤ ਕੋ ਮਾਨੇਗਾ ਕਿ ਇਨਸਾਨ ਕੀ ਬਾਤ ਕੋ ਮਾਨੇਗਾ ਮਿਰਜ਼ਾ ਸਾਹਿਬ ਕਹਤੇ ਥੇ ਨਾ ਕਿ ਕੁਰਾਨ ਕੇ ਮੁਆਰਿਫ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਪਰ ਵੀ ਨਹੀਂ ਖੋਲੇ ਗਏ ਜੋ ਮੁਝ ਪਰ ਖੋਲੇ ਗਏ ਆਜ ਐਮ ਸਰ ਚੀਮਾ ਸਾਹਿਬ ਕਹਿ ਰਹੇ ਹੈ ਕਿ ਕੁਰਾਨ ਕੇ ਮੁਆਰਿਫ ਜੋ ਮਿਰਜ਼ਾ ਸਾਹਿਬ ਪਰ ਨਹੀਂ ਖੋਲੇ ਗਏ ਥੇ ਵੋ ਮੁਝ ਪਰ ਖੋਲੇ ਗਏ ਹੈ ਇਸਕੋ ਕਹਤੇ ਹੈ ਮੁਕਾਫਾਤ ਅਮਲ ਨਹੀਂ 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 ਮੈਂ ਇਹ ਨਹੀਂ ਕਹਿ ਰਿਹਾ ਜ਼ਮੀਦਾ ਸਾਹਿਬ ਕੋ ਸਰ ਨਹੀਂ ਖੋਲੇ ਗਏ ਅੱਲਾਹ ਤਾਲਾ ਨੇ ਉਨ ਪਰ ਪਰ ਹੀ ਖੋਲੇ ਹੈ ਬੇਟਾ ਚੀਮਾ ਸਾਹਿਬ ਬਹੁਤ ਸਾਰੀ ਬਾਤ ਇਸੇ ਤਰ੍ਹਾਂ ਸਮਝਣ ਵਾਲੇ ਸਮਝ ਆਤੇ ਹਾਂ ਉਸ ਤਹਿਰੀਰ ਕੋ ਆਪਣੇ ਲਫ਼ਜ਼ੋਂ ਮੈਂ ਬਿਆਨ ਕਰਦੇ ਮੈਂ ਬੋਲੂੰਗਾ ਆਪਕੋ ਉਰਦੂ ਆਤੀ ਹੈ ਉਰਦੂ ਕਾ ਉਰਦੂ ਮੇਂ ਤਰਜਮਾ ਕਰ ਦੇ ਅੱਜ ਮੀਆਂ ਸਾਹਿਬ ਦੀ ਬਰਾੜ ਤੇ ਨਾ ਅੱਜ ਮੀਆਂ ਸਾਹਿਬ ਦੀ ਬਰਾੜ ਤੇ ਨਾ ਆਪਣੇ ਜਿਹੜੇ ਫੇਵਰਿਟ 49 ਨਹੀਂ ਮੀਆਂ ਸਾਹਿਬ ਅੱਜ ਉਹਨਾਂ ਦੀ ਬਰਾੜ ਤੇ ਇਹਨਾਂ ਦਾ ਅਫੀਸ਼ੀਅਲ ਕੋਈ ਹਾਈ ਲੈਵਲ ਦਾ ਬੰਦਾ ਆ ਗਿਆ ਨਾ ਅੱਛਾ ਉਹਨੇ ਕਿਹਾ ਜੀ ਇਹ ਟਿਕਟਾਕ ਉੱਤੇ ਕੀ ਹੋ ਰਿਹਾ ਗੱਲ ਲੋਚਾਂ ਹੋ ਰਹੀਆਂ ਨੇ ਯੇ ਵੋ ਕੀ ਤਮਾਸ਼ਾ ਲਗਾ ਹੋਇਆ ਵਾਕਈ ਤੇ ਇੱਕ ਛੋਟੀ ਜਿਹੀ ਕਿਸੇ ਨੇ ਗੱਲ ਕੀਤੀ ਨਾ ਤੇ ਕਹਿੰਦਾ ਯਾਰ ਇਹ ਗੱਲ ਤੇ ਕੋਈ ਅਹਿਮਦੀ ਬੰਦਾ ਕਰ ਹੀ ਨਹੀਂ ਸਕਦਾ ਮੈਂ ਉਹਨਾਂ ਦਾ ਹੁਣ ਨੰਬਰ ਹਾਸਲ ਕੀਤਾ ਹੈ ਮੇਰੇ ਕੋਲ ਨਾ ਕੋਈ 200 ਤੋਂ ਉੱਤੇ ਵੀਡੀਓਜ਼ ਪਈਆਂ ਨੇ ਜਿਨ੍ਹਾਂ ਵਿੱਚ ਡਾਇਰੈਕਟ ਨਬੀਆਂ ਨੂੰ ਗਾਲਾਂ ਕੱਢੀਆਂ ਗਈਆਂ ਅੱਲਾਹ ਤਾਲਾ ਦੀ ਜ਼ਾਤ ਦਾ ਤਮਸਕਰ ਉਡਾਇਆ ਗਿਆ ਨਬੀਆਂ ਦਾ ਹਮਾਤੁਲ ਮੋਮਿਨੀਨ ਦਾ ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅਨੋ ਦਾ ਮਜ਼ਾਕ ਉਡਾਇਆ ਗਿਆ ਠੀਕ ਹੈ ਔਰ ਉਹਨਾਂ ਦੀ ਤੋਹੀਨ ਕੀਤੀ ਗਈ ਇਹ ਕਿਹਦੀਆਂ ਜੀ ਵੀਡੀਓ ਇਹ ਜਿਹੜੀਆਂ ਉਹ ਅਲੀ ਬਿਨ ਮੁਹੰਮਦ ਦੀ ਆ ਜਿਹੜੇ ਸ਼ੀਆਂ ਦੀਆਂ ਬਰਾਡਾਂ ਨੇ ਉਹਨਾਂ ਦੀਆਂ ਇਕੱਠੀਆਂ ਕੀਤੀਆਂ ਜੇ ਯਾ ਨਹੀਂ ਤੁਹਾਡੇ ਕਾਜ਼ੀਆਂ ਦੀ ਮਰਜ਼ਾਈ ਭਰਾਵਾਂ ਦੀਆਂ ਜੇ ਖੈਰ ਨਾ ਤੁਹਾਡੀਆਂ ਨੇ ਕਾਲੂ ਅਲੀ ਗਲਤ ਕਰਨ ਦਿਆ ਕਰਨਾ ਭਾਈ ਕਾਲੂ ਕਿਤੇ ਉਹ ਜਿਹੜਾ ਹੈ ਟੋਕਣਾ ਪਿਆ
ਅੱਛਾ ਯਾ ਤੁਹਾਡੇ ਕੋਲ ਹੋਣੀਆਂ ਨੇ ਅਮਰ ਨਜ਼ੀਰ ਸਾਹਿਬ ਦੀ ਯਾ ਉਹ ਕੀ ਬਸ਼ਰ ਰਜ਼ਾ ਕਾਦਰੀ ਸਾਹਿਬ ਦੇ ਜਿਹੜੇ ਕੇਲਿਆਂ ਦੀ ਮਿਸਾਲਾਂ ਦਿੰਦੇ ਨੇ ਤੇ ਮੇਰਾ ਹਾਲੇ ਸਾਰੀਆਂ ਇਹ ਵੀਡੀਓ ਇਕੱਠੀਆਂ ਕੀਤੀਆਂ ਹੋਣੀਆਂ ਨੇ ਹੋਰ ਮੌਲਵੀ ਸਾਹਿਬ ਟਾਈਮ ਆ ਗਿਆ ਉਧਰ ਨਾਦਰ ਮਿਰਜ਼ਾ ਨਾਦਰ ਮੁਰੱਬੀ ਨਹੀਂ ਜਿਹੜਾ ਪਰਮ ਬਰਾੜ ਲਾਉਂਦਾ ਉਹਨੂੰ ਵੀ ਬੁਲਾਇਆ ਇੰਗਲੈਂਡ ਅੱਛਾ ਮੈਨੂੰ ਦੱਸੋ ਇਹ ਕੌਣ ਸੀ ਬੰਦਾ ਅਫੀਸ਼ੀਅਲ ਤੇ ਨਾ ਮੈਨੂੰ ਉਹਦੇ ਅਫੀਸ਼ੀਅਲ ਦੇ ਬਾਰੇ ਦੱਸੋ ਹਾਂ ਅਲ ਅਲ ਮਨਸੂਰ ਮੁਰੱਬੀ ਸਾਹਿਬ ਨੇ 41 ਸਾਲ ਉਹਨਾਂ ਨੇ ਜਾਬ ਕੀਤੀ ਅਲ ਮਨਸੂਰ ਅਲ ਨਾਸਰ ਦੇ ਨਾਮ ਦੀ ਆਈਡੀ ਹੈ ਉਹਨਕੀ ਅਲ ਨਾਸਰ ਦੇ ਨਾਮ ਸਰ ਅੱਛਾ ਹੋਰ ਉਹਨਾਂ ਦਾ ਸੁਣਾਵਾਂ ਤਾਂ ਕਿ ਉਹ ਅਫੀਸ਼ੀਅਲ ਹੈ ਪਹਿਚਾਨ ਜਾਓਗੇ ਨਹੀਂ ਉਹਨਾਂ ਨੇ ਕੋ ਤਾਰ ਕਰਵਾਇਆ ਉਹ ਅਫੀਸ਼ੀਅਲ ਹਾਂ ਹਾਂ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਮੀਆਂ ਸਾਹਿਬ ਨੇ ਬੁਲਾਇਆ ਤੇ ਮੈਂ ਜਿਹੜਾ ਨਾ ਅਫੀਸ਼ੀਅਲੀ ਤੌਰ ਤੇ ਇੱਥੇ ਆਇਆ ਵਾਂ بہت غلط باتیں کی ہیں یہ تو مرزا صاحب کو نبی نہیں مانتے ایک نیا کانسیپٹ یہاں پہ لا کے یہ لوگوں کو تعلیم دے رہے ہیں میرے پاس ان کی 3 گھنٹے کی ریکارڈنگیں موجود ہیں انہیں کیا تو اس طرح کر نہ ذرا اپنا نہ پتہ لکھا کہ تو کتھے دے تو سویرے میں تھنو رابطہ کردا تیرے نال پھر انہیں نہ پتہ لکھایا کینیڈا دا کوئی ایڈریس سی نا انہیں کہا جی اے میرا نہ پتہ جو کرنا دے کر لو پھر سویرے میں بھی آ جانا تسی بھی آ جاؤ ارے نہیں افیشل جڑا ساڈی اس براڈ تے کو نہیں اون لگا کیونکہ اسی ان افیشل ہاں سارے مارا لوگ تے اس طرح ہی کہہ رہے اسی ان پتہ نہیں جھوٹ بول رہے سچ بول رہے لیکن وہ بندہ کوئی پہلی بڑی دیکھا پہلے کدی نہیں آیا تے وہ میاں صاحب بھی اس نو لے کے ٹروتھ سیکر بھی تجھے بیٹھا سی دیکھ لو پوچھ لو ٹروتھ سیکر صاحب تسی کو جانتے ہو ابھی صاحب تھے تقریبا 41 سال ہو گئے ہیں ان کو ایز اے مربی کے طور پہ اچھا کرتے جی پھر تو کافی سینئر مربی ناصر صاحب نام تھا ان کا بس پھر یہ نا احتیاط ہی کرو پابندی لگ جانی جی تھوڑے تے ٹک ٹاک تے جڑا نا ملک صاحب ایک ویڈیو تو سینڈ کی تھی وہ تے سنائیو مولوی صاحب نو آپ کے جو مربیان ہیں نا مولوی صاحب انہوں نے ادھر بتایا ہے کہ وہ خود وزٹ کر کے گئے ہیں کون سی آئی ڈی سے آئے ہیں کس نام سے آئے ہیں کوئی پتہ نہیں انہوں نے دیکھا ہے خود دیکھا ہے جو الفاظ انہوں نے بولے ہیں ادھر بے شک یہ ٹروتھ سیکر کو پوچھ لیں ایسی بات ہوئی ہے انہوں نے کہا کہ میں نے خود دیکھا ہے ہمارے احمدی بھائیوں کو قرآن پڑھنا نہیں آتا اور یہ گالیاں دے رہے ہیں لوگوں کو ایسی مرزا صاحب کی تعلیم جماعت کی تعلیم میں انہوں نے پھیلانی ہے تو وہ کہہ رہے تھے کہ خود انہوں نے دیکھا ہے پھر میں نے ایکشن لیا ہے دو بندوں کے نام باقاعدہ طور پہ دیے گئے ہیں لیکن انہوں نے وہ آن نہیں کیے وہ کہتے ہیں میں ان کو چھپا لوں گا ان کو سمجھاؤں گا ان کے جو وہ جدھر جدھر رہتے ہیں ان کے امیر کو یہ ان لوگوں کے نام بھیجوں گا اور ان کو پیار سے سمجھانا چاہیے کہ یہ ایسے نہ کریں اگر آپ کو قرآن پڑھنا نہیں آتا پہلے سیکھیں اس کو پھر بات کریں آ کے یہ دیکھو نا یہ ان کی آواز ہے میں آپ کو سنا پھر وہی بات آپ سن نہیں رہے سمجھ نہیں رہے ناصر صاحب کئی دفعہ موقع کے اوپر اتنا جواب دینا چاہیے جتنا اسلام میں جائز ہے کہ نہیں میری بات سنیں بالکل نہیں کیوں نہیں اسلام میں یہ ہے کہ اگر آپ کو آپ پہ جتنا ظلم ہوتا ہے اتنا ظلم آپ کر سکتے ہیں اور معاف کر دیں تو بہت اچھی بات ہے کیا اسلام میں نہیں مجھے بتائیں کہ مسیح موعود علیہ السلام ایک واقعہ آپ نے اپنی طائف کا سنا دیا کیا ہزاروں واقعہ دوسرے نہیں جہاں پہ صاحب اکرم نے غصہ کیا مجھے یہ بتائیں کہ ہاں حضرت اس زمانے کا دیکھ لیں حضرت مسیح موعود علیہ السلام کو بھرے ہوئے باکس آپ کے گالیوں کے خطوط آتے ہیں تو ان کے مقابلے میں حضرت مسیح موعود نے نہیں ان کو گالیاں دی کئی موقع کے اوپر ہاں گالیاں دی وہ تھوڑا پلا ہی ہوئے لیکن بڑی اچھی گل بات کر رہے سن مولوی صاحب میں تعلق دسنا گل کی ہوئی ہے تعلق میں سچی سچی ساری گل دسا نا
असल रोला पैदा होया है सब तो ज़्यादा जेड़ा इत्थे मीर लतीफ साहब ने गालां कढ़िया, तुसी इत्थे मौजूद हो, ठीक है। उस तो बाद होया इस तरीके दे नाल कि मैनू तुहाडे जमात दे एक तुहाडे करीबी साथी का पहले एक फोन आया, उसने मैनू कहा ये मैं कन्फर्म करना है कि यह तेरा नंबर। मैं कहा हाँ जी, मतलब इस तरह मतलब तुहाडे करीबी कुछ लोगों ने मैनू कॉल आई है, मैं ना नहीं लवाऊंगा, ठीक है। मैं क्या आज ये मेरा ही नंबर है, क्यों खैर है, मैं तो हैरान हो गया सुन के, कहते कोई नहीं। फिर उस तो बाद मैनू कॉल आई, नो कॉलर आईडी, राइट। उसने मैनू कहा कि जी आपका नाम कैसर मलिक है। मैं क्या हाँ, उर्दू गल कर रहे थे। कहना मुझे ना एक बात कन्फर्म करनी है कि उस दिन आपको ब्राड के ऊपर गालियाँ निकाली गई हैं जमात अहमदिया के बंदे की तरफ से। मैं कह जी पहले तो आप मुझे अपने सही नंबर से कॉल करें, अपना अता पता बताएं, मैं आपको सब कुछ बता दूंगा। कहते नहीं आप बताएं मुझे, आपसे मुझे आपने जो गालियां दी मुझे उससे कोई लेना देना नहीं, क्या आपको गालियां निकाली गईं। मैं कह जी बिल्कुल। कहना बस मैंने यही कंफर्म करना था। हाँ उसने ये भी किया कि आपके बेटे की तस्वीरें लगा कर, आपके बेटे की तस्वीरें लगा कर आपको गालियाँ निकाली गई। मैं कह दो वाक़यात हैं, कहने एक तो वाक़े का मुझे पता है, वो मैंने वीडियो देख ली, आपने भी गालियाँ दी, देखें अच्छी बात नहीं ये वो, लेकिन आपको भी गालियाँ निकाली गई। मैं कह आप देख लें, अगर पहले मैंने गाली निकाली है मैं अभी जिस प्लेटफॉर्म पर कहेंगे माफ़ी मांगने के लिए तैयार हूँ, लेकिन अगर मुझे कोई पहले गाली निकालेगा या बदतमीजी से बात करेगा तो मैं तो पूरा आग्रह तो बदलेगा। कहना बस मैंने यही कहा हूँ, ठीक है जी बंद करता फोन, ये है असल बात। उस तो बाद रोले शुरू हो सारे, एक काम सारा जोड़ा ना उतु शुरू होया, जोड़ा ये चार साल के बच्चे की फोटो ला के ना, जो मैं बराड़ से जाना ना मेरा छोटा जहा बच्चा चार साल वो फोटो ला गला कड़ने शुरू कर देंगे, उसके मुँह से लिख देने काफर, यही तलीम जमात आंदी है। और यही गल अज मियाँ साहब की बराड़ से भी डिस्कस हुई, मियाँ साहब ने मैनू बुलाया से, मैं गया मैं कह जी बिल्कुल ऐसे ही है, मेरा चार साल का बेटा है उसकी तस्वीर लगा कर ये लोग गालियाँ निकालते हैं और मेरे पास सारी वीडियोस मौजूद है, भेज देती है मैं वीडियो भी सारी है, देख लो भाई। और पता नहीं किसी औरत की फोटो ला के कहते ने कैसर की अम्मी है मेरी अम्मा कि तू आ गया। बहरहाल ये बात जो है नहीं मलिक साहब देखो ये साबित करन, मलिक साहब इन्होंने आपको साबित करन कि किसी मुसलमान ने कितनी मुखालफत है फिर भी मर्जियां दे किसी बच्चे की तस्वीर लाई होगी। बच्चे की तस्वीर नहीं लाई, बड़िया की लाई है, औरतों की लाई है, या बड़िया की और औरतों की तो सही साहब लगाई है, समझ गए बच्चे की नहीं लानी चाहिए, औरतों की लाने की कोई अर्ज नहीं, नहीं औरतों की भी इन्हां दे काबरीन दी फोटोआं लगाईयां जिस टाइम ते इन्हां ने शादीयत की। मलिक कैसर साहब नूं मैं मतलब एक दूसरे दे काबरीन दी तस्वीरां ला के शादीयत करना ते बराबर ही कर लेना, ठीक ही है। मतलब जवाब विच बंदे दी बहस हो जांदी है ते मैं नहीं उस इस किस्म दी बहस विच जाना चाहुंदा जी, लेकिन उस दिन जो भी एपिसोड इत्थे चलिया वे हुसैनी साहब नहीं सन मौजूद जी, मैं ते थल्ले छाल मार गया सां, ठीक है। लेकिन इत्थे ये ब्लेम करदे ने पे उन्हें पहला गाल दिती, उन्हें पहला गाल नहीं दिती, और रिकॉर्डिंग इन्हां कोल भी होनी है, वो इन्ना यकदम इन्ना उन्हों स्टार्ट कीता। मलिक साहब एक मिनट, मौली साहब को बात करने दे, मुकम्मल होने दियो। ते उस तो दूसरे दिन मल उत्थे कोणी सन एक बराड़ ते मलिक तलत साहब दी उत्थे नहीं, मौली साहब पहले इस ब्राड की बात खत्म कर लेना, मुकम्मल कर दिया करो अली आक साहब, मेरी मेरी अगर आप अगर अगर आपको सबूत दिया जाए कि पहले मीर लतीफ ने गाली दी है, नहीं करनी मेरी गल, नहीं आपने देखे ना अपने भाई को सिर्फ बचा रहे हैं ना, अपनी जमात के भाई को बचा रहे हैं और झूठ बोल रहे हैं, खुदा का खौफ खाएं, बचने वाली केड़ी गल है, मैनूं बचाने दी फिर हक की बात किया करे ना मौली साहब, मैं यही बात कहता हूं हक बोला करे, मुकम्मल करन दियो थोड़ा जिना इतना तरीका कर सकदे हो, खुद दा करना कभी हक की बात मुकम्मल करन दियो, मैं जिंदगी में मर के भी ना करना, बहस करने दे मूड विच आ। दूसरे दिन अगर कोई बंदा कह दे आपको कि हक की बात करो तो वो बहस हो जाती है। अच्छा दूसरे दिन मलिक तलत साहब दी बराड उत्ते ते कोनी सी मीर लतीफ साहब, जो कुछ उत्थे हो रहा है जिस तरीके की जबान इस्तेमाल की जा रही थी काबरीन के बारे या उन्होंने तस्वीर लगाई जा रही सन, और इस कदर गलीज जबान सी कि अनबिलीवेबल, कोई भी बंदा बेशक गया गुजरिया भी हो ना मैं ना वो भी वो जबान इस्तेमाल कर लगा जो सोशल मीडिया के उत्ते
اور اسپیشلی مذہبی گفتگو دے وچ انگیج ہے تے اے ایکسکیوز ہوندیاں نے تے میں میر لطیف صاحب نو بالکل ڈیفینڈ نہیں کرتا اگر انہاں دی جگہ تے میں ہوندا تے میں تھلے لے جانا سی تو میرا خیال ہے بعض اوقات ایسا موقع آ جاتا ہے کہ بندے دی بشری کمزوری دی وجہ تو بندہ وچ سو وہ کی آدھے ریئیکشن ایکشن دا ریئیکشن دے دیندا ہے میرے نال ایک دفعہ اس طرح دا واقعہ ہو گیا چار سال پہلے ملک نعیم نال تے میں جوابی گال دیتی تے میں چھ مہینے واسطے چھڑ دیتی سی واٹس ایپ ہی کہ تو بندہ اپنے اخلاق تباہ کرنے دی کی ضرورت ہے کسی دی وجہ تو میر لطیف صاحب نے بھی احساس ہوا ہونا شاید وہ اتنے نہ ہوں ڈائریکٹ بالکل رد عمل نہ دیں دے لیکن تو ریکارڈنگ ہے تو تسی پیش کرو ہیلو جی اے سننا ذرا غور نال کے پہلے گال کون کر رہے ٹھیک ہے میٹر شارٹ ہو جاندہ احمد دیدار صاحب نو بہت پسند کردے ہیں یا معافی منگنی پے گی اس تو علاوہ دوسری کرنا پے گا احمد نذیر صاحب نو اپنی مسلسل کرو بہت اگے دی گل نہ کرو گل سنو جو تھی کرنا کر لو نہ میں حوالہ دینا جی نہ میں معافی منگنی ہے لیکن گالی ہوگی جتنا جتنا زور لگا لگا لو آپ موجود سن یار مولوی صاحب آپ موجود سن طاہر امجد صاحب موجود سن میں تھلے بیٹھا سا ہاں جی جتنا زور لگانا ہے لا لو تو اسی بھی یہی گل کہنے ہاں جی اسی زور لگاواں گے لیکن گندا لفظ یوز کر کے گالی وچ نہیں ہوندا انہوں نے گندا لفظ یوز کر کے مینوں مخاطب کیتا ہے چلو چھوڑو میں آسان لفظاں وچ کہہ دیتا ہے ہاں جی تسی جس طرح کی تیری زبان ہے نا گندی بے غیرت عورت تجھے شرم نہیں ہے تجھے یہاں پر عزت دے رہے ہیں تجھے شرم نہیں ہے دس از ریسپیکٹ تم لوگ زمانے کی کتیوں ہو تم لوگ کتیوں سے بڑھ گئی ہے حضرت مسیح موعود علیہ السلام نے صحیح فرمایا اور ان کی عورتیں کتیوں سے بڑھ گئی بڑھ میں دیکھو نا نادر دی بنا کے ابراج چل دی ہے اور اے دیکھے اس طرح دی ساری زبان استعمال دی ہے نادر دی آواز ہے اوریجنل ہے صاحب مرزا ناظر مربی صاحب دی نے یہ اوریجنل نہیں صبح براڈ چلدی ایک نادر دی آواز بنا کے بلکہ بنا کے اوریجنل نادر دی آواز ہے مولوی صاحب کی کرتے میرے صاحب تسی سن دیو پہ میں ویڈیو پہ جی ملک صاحب کہتا ہے پوری چلاو کشمیری صاحب تسی موجود ہو کشمیری صاحب لگا تو کھوتی دے پتر ہے تو ہی کہہ رہا میں تلے اتر جاگا او تو کھوتی دے پترا ہاں تو ہی دے باپا وعدہ کیتا ہے تو کھوتی دے پتر ہے تو کھوتی دے پتر تو قرآن میں کہیں لکھا ہے کہ گالیاں دو دوسروں کو جا کے یہ کہیں بھی یہ تعلیم نہیں دی سارے اے بھی کون میر سلیم دی آواز نہیں
ਨਹੀਂ ਇਹ ਤਾਂ ਮੈਂ ਨਹੀਂ ਕਹਿ ਰਿਹਾ ਹੁਣ ਮੇਰੀ ਤਰਫੋਂ ਮੈਂ ਮਨਾਂਗਾ ਇਹ ਵਜ੍ਹਾ ਬਣੀ ਜੇ ਸਾਰੇ ਕੰਮ ਚੌਧ ਕੁੱਤੀ ਦਾ ਬੱਚਾ ਤੂੰ ਹੈ ਤੂੰ ਤਮਾਸ਼ਾ ਕਰਵਾਇਆ ਇਹ ਵਜ੍ਹਾ ਬਣੀ ਜੇ ਸਾਰੇ ਕੰਮ ਦੀ ਕਿ ਤੁਹਾਡੀ ਟਿਕ ਟਾਕ ਫਾਰਕ ਹੋਣ ਲੱਗੀ ਜੇ ਇਹ ਵਜ੍ਹਾ ਸੀ ਇਹ ਵਜ੍ਹਾ ਬਣੀ ਹੈ ਸਾਰੀ ਸੈਨੀ ਸਾਹਿਬ ਹਾਂ ਕੀ ਵਜ੍ਹਾ ਬਣੀ ਇਹ ਗੱਲ ਜਿਹੜੀ ਹੈ ਨਾ ਇਹ ਮੇਨ ਵਜ੍ਹਾ ਬਣੀ ਹੈ ਕਾਦੀ ਇਹ ਜਿਹੜਾ ਜੋ ਬੰਦਾ ਆਇਆ ਤਾਂ ਸੀ ਹਾਂ ਉਹ ਇਹਦੇ ਨਾਲ ਕੀ ਤਲਕ ਹੈ ਮੈਨੂੰ ਸਮਝ ਨਹੀਂ ਆਈ ਗੱਲ ਮਤਲਬ ਤੁਹਾਨੂੰ ਕਿਸੇ ਨੇ ਗਾਲਾਂ ਕੱਢੀਆਂ ਨਾ ਅੱਛਾ ਇਹ ਵੀਡੀਓ ਚਲੀ ਗਈ ਬਹੁਤ ਉੱਤੇ ਤੱਕ ਕਿ ਉਹ ਸੈਨੀ ਸਾਹਿਬ ਇੰਤਾਈ ਸ਼ਫੀਕ ਔਰ ਮੁਹੱਬਤ ਵਾਲੇ ਇਨਸਾਨ ਚਲੋ ਮੈਂ ਅਗਰ ਗਾਲੀ ਬਾਤ ਹਾਂ ਤੁਸੀਂ ਤੇ ਨਹੀਂ ਹੋ ਨਾ ਤੁਸੀਂ ਤੇ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਮੈਂ ਤੇ ਉਹਨਾਂ ਨੂੰ ਤੁਸੀਂ ਕਦੇ ਕਿਸੇ ਦੀ ਸ਼ੁਕਰੀਆ ਅਦਾ ਕਿਸੇ ਦੀ ਫੋਟੋ ਨਹੀਂ ਤੁਸੀਂ ਕਦੇ ਕਿਸੇ ਦੀ ਫੋਟੋ ਨਹੀਂ ਲਗਾਈ ਬਾਤ ਇਹ ਮਤਲਬ ਕੈਸਰ ਸਾਹਿਬ ਮੌਲਵੀ ਸਾਹਿਬ ਬਾਤ ਇਹ ਹੈ ਕਿ ਜੋ ਮੁਨਕਰੀਨ ਹੈ ਉਹਨਾਂ ਕਾ ਤੋਂ ਕਾਮ ਹੀ ਗਾਲੀਆਂ ਦੇਣਾ ਠੀਕ ਹੈ ਉਹਨਾਂ ਨੇ ਤੋਂ ਗਾਲੀਆਂ ਦੇਣੀ ਹੈ ਹਰ ਵਕਤ ਦੇਣੀ ਹੈ ਜੋ ਮੁਮਨੀਨ ਹੈ ਉਹ ਉਨਕੋ ਅੱਲਾਹ ਤਾਲਾ ਨੇ ਹੱਕ ਤੋਂ ਦੀਆ ਹੈ ਕਿ ਕੋਈ ਅਗਰ ਸੇ ਗਾਲੀ ਦੇਤਾ ਹੈ ਤੋ ਆਪ ਉਸਕੋ ਜਵਾਬਨ ਬਦਲਾ ਲੈ ਸਕਤੇ ਹੈ ਲੇਕਿਨ ਜਬ ਆਪ ਤਬਲੀਗ ਕੇ ਮੈਦਾਨ ਮੇਂ ਨਿਕਲੇ ਹੈ ਨਾ ਔਰ ਅੱਲਾਹ ਕੇ ਨਾਮ ਕੀ ਖਾਤਰ ਅੱਲਾਹ ਕੀ ਮੁਹੱਬਤ ਮੇਂ ਤਬਲੀਗ ਕਰ ਰਹੇ ਹੈ ਤੋ ਫਿਰ ਆਪਕੋ ਯੇ ਹੱਕ ਛੋੜਨਾ ਪੜੇਗਾ ਆਪਕੋ ਗਾਲੀ ਕੇ ਬਦਲੇ ਮੇਂ ਗਾਲੀ ਵੀ ਨਹੀਂ ਦੇਣੀ ਚਾਹੀਏ ਕੁਰਬਾਨੀ ਦੇਣੀ ਹੈ ਔਰ ਅੱਲਾਹ ਔਰ ਰਸੂਲ ਕੀ ਖਾਤਰ ਕੁਰਬਾਨੀ ਸਿਰਫ ਔਰ ਸਿਰਫ ਜਮਾਤ ਅਹਿਮਦੀਆ ਹੀ ਦੇ ਰਹੀ ਹੈ ਮੇਰੇ ਭਾਈ ਆਪ ਮੁਝੇ ਕਹਿ ਰਹੇ ਹਨ ਮੈਂ ਕਬ ਜਸਟੀਫਾਈ ਕੀਤਾ ਹੈ ਕਿਸੇ ਕੋ ਵੀ ਮੈਂ ਤਾਂ ਕਹਿ ਰਹਾ ਹਾਂ ਕਿ ਨਹੀਂ ਜਵਾਬਨ ਵੀ ਨਹੀਂ ਦੇਣੀ ਚਾਹੀਏ ਜੀ ਆਪ ਮੁਝੇ ਕਿਉਂ ਯੇ ਨਹੀਂ ਸਾਹਿਬ ਨਹੀਂ ਆਪ ਕੋ ਨਹੀਂ ਹੁਸੈਨੀ ਸਾਹਿਬ ਇੱਕ ਸਵਾਲ ਹੈ ਬਾਤ ਸੁਣੋ ਮੇਰੀ ਯਾਰ ਇੱਕ ਮਿੰਟ ਬਾਤ ਸੁਣੋ ਮੇਰੀ ਇਹ ਜੋ ਸਾਰਾ ਰੋਲਾ ਬਣਾ ਹੈ ਨਾ ਹੁਸੈਨੀ ਸਾਹਿਬ ਇਤਨਾ ਲੰਮਾ ਚੌੜਾ ਜੀ ਜੀ ਯੇ ਉਸ ਦਿਨ ਜੋ ਅਬਦੁਲ ਯੇ ਜੋ ਰੋਫ ਰੇਡੀਓ ਕੇ ਨਾਮ ਸੇ ਬੰਦਾ ਮਸ਼ਹੂਰ ਹੈ ਇਸ ਨੇ ਆ ਕੇ ਆਪਕੋ ਗਾਲੀ ਦੀ ਠੀਕ ਹੋ ਗਿਆ ਅੱਛਾ ਮੇਰੇ ਕੋ ਤੋ ਯੇ ਕਹਿ ਰਹੇ ਥੇ ਕਿ ਜੀ ਯੇ ਹਮਾਰੇ ਕਾਬਰੀਨ ਕੀ ਫੋਟੋ ਲਗਾਤਾ ਹੈ ਯੇ ਹਮਾਰੇ ਜਨਾਬ ਫਲਾਂ ਕਰਤਾ ਹੈ ਇਸ ਨੇ ਹਮਾਰੇ ਕਾਬਰੀਨ ਕੋ ਗਾਲੀ ਦੀ ਯੇ ਗਾਲੀ ਬਾਤ ਮੈਂ ਸੁਣਤਾ ਰਹਾ ਸਾਰੀ ਬਾਤੇ ਮੈਨੇ ਕਹਾ ਜੀ ਆਪਕੀ ਸਾਰੀ ਬਾਤੇ ਬਿਲਕੁਲ ਠੀਕ ਹੈ ਮੈਨੇ ਫੋਟੋ ਵੀ ਲਗਾਈ ਮੈਨੇ ਗਾਲੀਆਂ ਵੀ ਦੀ ਮੈਂ ਆਪਣੀ ਬਾਤ ਸੇ ਮੈਂ ਕਿਸੇ ਬਾਤ ਸੇ ਮੁਕਰ ਨਹੀਂ ਰਹਾ ਮੈਂ ਕਿਹਾ ਇਹਦਾ ਵੀਡੀਓ ਦਾ ਕੀ ਕਰੋਗੇ ਹੁਸੈਨੀ ਸਾਹਿਬ ਨੇ ਮੇਰੇ ਅੱਗੇ ਪਹਿਲ ਕੀਤੀ ਹੈ ਗਾਲੀਆਂ ਮੇਂ ਆਪ ਇਤਨਾ ਝੂਠ ਬੋਲਤੇ ਹੈ